ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਸਰੇ ਕਾਲ ਚੱਲਦੇ ਜੀ ਕੰਮ ਮਾਰਾ ਦੀ ਕਿਰਪਾ ਨਾਲ ਡੇ ਟੂ ਡੇ ਬਹੁਤ ਵਧੀਆ ਫਸਲਾਂ ਵੀ ਵਧੀਆ ਹੋ ਰਹੀਆਂ ਵੀਰੋ ਧਾਨ ਵੱਢੋਗੇ ਉਤੇ ਬਾਅਦ ਧਾਨਾਂ ਤੇ ਬਾਅਦ ਆਲੂਆਂ ਦੀ ਆਪਣੀ ਲੋਅਾਈ ਦੀ ਬਿਜਾਈ ਚੱਲ ਪਈ ਸੀ ਬਹਾਈ ਆਲੂ ਵੀ ਲਾਤੇ ਵਿੱਚ ਵਿੱਚ ਗੋਭੀ ਵੀ ਲਾਤੀ ਸੀ ਤੇ ਹੁਣ ਦੁਬਾਰਾ ਫੇਰ ਜਿਹੜੇ 26 ਵਾਲੇ ਖੇਤ ਨੇ ਮੈਂ ਉਹਨਾਂ ਦੇ ਵਿੱਚ ਇੱਧਰ ਗੋਭੀ ਲਾਉਣੀ ਆ ਉਹਦੇ ਕੱਟਦੇ ਜੀ ਅੱਜ ਹੋਰੇ ਸੋ ਹੁਣ ਆਪਾਂ ਇਹ ਸਾਰੀ ਵੀਡੀਓ ਆਪਾਂ ਨੇ ਗੋਬੀ ਲੋਵਾਈ ਦੇ ਵਿੱਚ ਇਕੱਠੀ ਮਣਾਉਣੀ ਹੈ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਵਲੌਗਸ ਤੇ ਬਾਬਾ ਸੁੱਖ ਰੱਖੇ ਉਹਨਾਂ ਸਾਰਿਆਂ ਨੂੰ ਹੀ ਦੁੱਧ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਕਮਾਈਆਂ ਦੇ ਵਿੱਚ ਹੋਵੇ ਜੀ ਸਾਰਿਆਂ ਦੀ ਬਰਕਤ ਸੋ ਕੰਮ ਚੱਲ ਰਿਹਾ ਹੈ ਜੀ ਅੱਜ ਹੋਰਿਆਂ ਦਾ ਕੰਮ ਚੱਲਦਾ ਹੈ ਪਿਛਲੇ 3-4 ਦਿਨ ਤੋਂ ਲਗਾਤਾਰ ਬਾਹੀ ਦੇ ਵਿੱਚ ਟਾਈਮ ਲੰਘਿਆ ਜੀ ਹੁਣ ਤੁਸੀਂ ਦੇਖਣਾ ਵੀ ਆ ਵੀ ਹਾਲਤ ਖਰਾਬ ਆ ਚਲੋ ਹਾਲਤ ਵੀ ਖਰਾਬ ਆਏ ਆ ਰੋਟਾਵੇਟਰ ਨਾਲ ਆਇਆ ਪਹਿਲਾਂ ਹਲਾ ਨਾਲ ਸਵਾਗਾ ਵੀ ਮਾਰਿਆ ਖੇਤ ਸੁੱਕੇ ਤੇ ਹਲੇ ਤਾਂ ਥੋੜਾ ਜਿਹਾ ਮੈਂ ਝਾੜ ਲੈ ਆਪਣੇ ਕੱਪੜੇ ਨਹੀਂ ਤਾਂ ਕਰਦੇ ਨਾਲ ਬਹੁਤ ਲੱਭੜੇ ਤੇ ਨਾਲ ਦੀ ਨਾਲ ਜੀ ਦੇਖੋ ਕਿਸਾਨ ਦਾ ਪਪਾ ਸਰਪੰਚ ਖੇਤਾਂ ਦਾ ਸਰਪੰਚ ਇਹ ਵੀ ਨਾਲ ਦੀ ਨਾਲ ਖੜਾ ਤੇ ਇਧਰ ਲక్ష్ਮੀ ਬੱਟਾ ਸਵਾਰ ਰਿਹਾ ਤਾਂ ਇਹ ਵੀ ਡਿਊਟੀ ਨਾਲ ਦੀ ਨਾਲ ਨਿਭਾ ਰਿਹਾ ਤੇ ਹੁਣ ਆਪਾਂ ਕਰਦੇ ਜੀ ਪਹਿਲਾਂ ਔਰੇ ਬਾਅਦ ਚ ਫਿਰ ਗੋਭੀ ਲਾਉਣੀ ਜੀ ਬਣੇ ਰਹੋ ਵੀਡੀਓ ਦੇ ਨਾਲ ਜੀ ਮਹਾਰਾਜ ਦੀ ਹੋਗੀ ਕਿਰਪਾ ਆਪਣਾ ਛਾਲ ਕੱਢਣ ਤੋਂ ਬਾਅਦ ਗੋਭੀ ਸ਼ੁਰੂ ਹੋਗੀ ਜੀ ਲੱਗਣੀ ਬੰਦੇ ਲੱਗੇ ਵੇ ਇੱਧਰ ਨਾਲ ਦੀ ਨਾਲ ਆਪ ਵੀ ਲੱਗਿਆ ਤਾਂ ਮੈਂ ਤੇ ਇਹ ਇੱਧਰ ਆਪਾਂ ਨੇ ਜਿਹੜੇ ਦੇਖੋ ਤੁਸੀਂ ਸਭ ਤੋਂ ਪਿਛਲੀ ਵੀਡੀਓ ਦੇਖੀ ਜਿਹੜੀ ਆਪਾਂ ਨੇ ਗੋਭੀ ਲਾਈ ਤੀ ਜੀ ਉਹ ਸਾਰੀ ਉਹ ਦਾਣੇਦਾਰ ਲਾਈ ਤੀ ਬੱਟਾਂ ਪਰ ਸੋ ਹੁਣ ਆਪਣੀ ਪਨੀਰੀ ਹੋ ਗਈ ਤੀ ਜੀ ਤਿਆਰ ਆਪਣੀ ਘਰ ਦੀ ਪਨੀਰੀ ਇਹ ਪਾਣੀ ਲਾ ਕੇ ਆਪਣੀ ਲੱਗ ਰਹੀ ਹੈ ਪਛੀ ਉੱਪਰ ਉਹ ਸਾਰੇ ਬੰਦੇ ਲੱਗੇ ਵੇ ਜੀ ਇੱਧਰ ਲਾਉਣ ਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਜੀ ਆ ਰੋਟਾਵੇਟਰ ਪਾਇਆ ਵਾ ਆਹੀ ਘੇੜਾ ਦੇ ਕੇ ਹਲ ਘੜਾਇਆ ਤਾਂ ਟਰੈਕਟਰ ਤੇ ਆ ਦੇਖੋ ਜੀ ਕਾ ਘੇੜਾ ਦੇ ਤਾ ਤੇ ਉਹ ਉੱਪਰ ਤੇ ਬੰਦ ਹੁੰਦਾ ਜੀ ਮੈਂ ਉੱਪਰ ਲਕੀਲਾ ਬਾਤ ਤਾ ਸਾਰਾ ਇਹ ਵਿਚੇ ਵਿੱਚ ਉਹ ਲక్ష్ਮੀ ਲਾਇਆ ਵਾ ਜੀ ਵੀ ਪੂਲੀਆਂ ਜਿਹੜੀਆਂ ਸਾਰੀਆਂ ਹੀ ਫੂਕਦੇ ਕਿਉਂਕਿ ਵਿੱਚ ਪੂਲੀਆਂ ਫਿਰ ਬਹੁਤ ਇਕੱਠੀਆਂ ਹੋ ਜਾਂਦੀਆਂ ਰੋਟਾਵੇਟਰ ਦੇ ਫੋਕਣਾ ਬਹਾਈ ਨਹੀਂ ਬਾਹੇ ਨਹੀਂ ਕਰਨਦੇ ਆ ਦੇਖੋ ਵੀਰੋ ਰੋਟਾਵੇਟਰ ਇਹਨਾਂ ਜਿਹੜਾ ਪਾਨੇ ਥੋੜਾ ਥੋੜਾ ਹੀ ਲਾਇਆ ਵਾ ਬਸ ਅੱਪਰੇ ਪਿਆ ਏ ਜਿਹੜਾ ਪਿੱਛੇ ਝੁੰਡਿਆਂ ਨੂੰ ਟੋਕੀ ਜਾਵੇ ਬਸ ਟੋਕਾ ਕਰ ਦਵੇ ਇਹਨਾਂ ਦਾ ਜਿਹੜਾ ਆਪਣਾ ਫਾਲਿਆਂ ਦੇ ਮੂਰੇ ਨਾਲ ਆਵੇ ਜਿਹੜੇ ਨਾਲ ਆਪਾਂ ਛਿਆੜ ਕੱਢਦੇ ਆ ਗੰਨੇ ਵਾਲੇ ਸੋ ਇੱਕਣਾ ਇਹਦੇ ਨਾਲ ਦਹੋਰ ਕਰ ਦੇਣਾ ਉਹ ਤੋਂ ਬਾਅਦ ਤਵੀਆਂ ਨਾਲ ਖੇਤ ਸਾਨੂੰ ਪਤਾ ਕਿੱਕਣਾ ਹੀ ਪੈਂਦੇ ਆ ਸੋ ਇਹ ਝੁੰਡੇ ਵੱਡੇ ਬੇਬੀ ਭਈਆਂ ਨੇ ਬਹੁਤ ਉੱਚੇ ਆ ਆ ਦੇਖੋ ਤੁਹਾਨੂੰ ਪਤਾ ਲੱਜਣਾ ਕਿੰਨੇ ਉੱਚੇ ਵੱਡੇ ਵੇ ਆ ਕਿੰਨੇ ਚ ਲక్ష్ਮੀ ਜੀ ਹੋ ਗਿਆ ਕੰਮ ਸਾਰਾ ਉਧਰ ਮੈਂ ਸਾਰਾ ਪੂਲੀ ਫੂਕੋ ਗਿਆ ਉੱਪਰ ਵਾਲਾ ਠੀਕ ਹੈ ਜੀ ਲక్ష్ਮੀਨਗਰ ਤੋਂ ਹੁਣ 22 ਕਿੱਲਾਂ ਦੇ ਵਿੱਚ ਪੂਲੀਆਂ ਇਕੱਠੀਆਂ ਕਰੇ ਜੀ ਕਿਉਂਕਿ ਜਿਹੜਾ ਬੰਦੇ ਪੂਲੀਆਂ ਬੰਦਦੇ ਤੇ ਭਈਆ ਉਹਨਾਂ ਨੇ ਵਿੱਚ ਵਿੱਚ ਪੂਲੀਆਂ ਵੀ ਛੜਤੇ ਦੀਆ ਸੋ ਇਕਣੇ ਉਹ ਪ੍ਰਬਾਤਤਾ ਜੀ ਤੇ ਦੇਖੋ ਸੂਰਜ ਉਹ ਤੇ ਛਿਪਦਾ ਜਾ ਰਿਹਾ ਜੀ ਦਿਨ ਨਹੀਂ ਲੋੜੇ ਨਹੀਂ ਫੋਲਣ ਦੇ ਲక్ష్ਮੀ ਆਪੇ ਕਰ ਦੇਣਾ ਰੋਟਾ ਬੈਟਰ ਨੇ ਲੋਟੇ ਵਿੱਚ ਬਾਹ ਹੋਇਆ ਵਾ ਸੋ ਆਵਾ ਹੋਇਆ ਤਾਂ ਜੀ ਤੇ ਆਹ ਦੇਖੋ ਜੀ ਬਣੀਆਂ ਪਛੀ ਲੱਗ ਰਹੀ ਹੈ ਹਾਂ ਆਹ ਦੇਖੋ ਇਹਨਾਂ ਪਾਣੀ ਲੱਗ ਕੇ ਇੱਧਰ ਸਾਰਾ ਹੀ ਲੱਗ ਗਿਆ ਜੀ ਇਹ ਤਿੰਨ ਬਿੱਗੇ ਦਾ ਖੇਤ ਹੈ ਤੇ ਉਹ ਲੱਗੇ ਵੀ ਆਪਣੇ ਬੰਦੇ ਹਾਂ ਜੀ ਰਮੇਸ਼ ਜੀ ਚੱਲਦਾ ਕੰਮ ਚੱਲ ਰਿਹਾ ਜੀ ਚੱਲ ਰਿਹਾ ਹਾਂ ਠੀਕ ਆ ਠੀਕ ਆ ਵਧੀਆ ਇਕੜਾ ਹੀ ਚੱਲਣਾ ਚਾਹੀਏ ਹੈ ਤਿਆਰ ਨਹੀਂ تھا ਪਹਿਲੇ ਹੀ ਓਵਰ ਹੋ ਗਿਆ ਹੂੰ ਸੋ ਰਮੇਸ਼ ਕਹਿੰਦਾ ਪਨੀਰੀ ਥੋੜੀ ਜੀ ਓਵਰ ਹੈਗੀ ਵੀ ਖੇਤ ਨਹੀਂ ਤਾਂ ਤਿਆਰ ਉਹ ਖੇਤ ਗਿੱਲੇ ਤੇ ਥੋੜੇ ਜੇ ਘਰ ਦੀ ਪਨੀਰੀ ਹੈ ਚਲੋ ਆਹ ਬੜੀ ਆਈ ਆ ਪਰਲੀ ਸਾਈਡ ਵਾਲੀ ਤਾਂ ਛੋਟੀ ਸੀ ਥੋੜੀ ਜੀ ਹਲੇ ਹੈ ਉਹ ਪਨੀਰੀ ਆਪਣੀ ਘਰ ਦੇ ਉਤੀ ਕਿਹੜੇ ਮੁੱਲ ਲੱਤੀ ਆ ਸੋ ਕਹਿੰਦਾ ਥੋੜੀ ਜੀ ਓਵਰ ਹੋ ਗਈ ਕੋਈ ਗੱਲ ਨਹੀਂ ਚੱਲ ਚੱਲ ਪੈਣਾ ਇਹਨੇ ਆਹ ਦੇਖੋ ਜੀ ਆ ਲੱਗੀ ਪਨੀਰੀ ਆ ਲ ਆ ਰਹੀ ਜੀ ਸਵੇਰ ਦੇ ਲੱਗੇ ਵੀ ਤੇ ਅੱਜ ਆਪਣੇ ਆਪਣੇ ਕੰਮ ਨੂੰ ਉਹ ਦੇਖੋ ਜੀ ਸ਼ਾਂਤੀ ਲੱਗੀ ਵੀ ਆਹ ਸ਼ਾਂਤੀ ਦੀ ਭੈਣ ਦਾ ਮੁੰਡਾ ਜਿਹੜੀ ਲਾਲ ਛਲਟ ਵਾਲਾ ਹੈ ਸ਼ਾਂਤੀ ਦੀ ਮਾਸੀ ਸਾਰੇ ਟੱਬਰ ਪਹੁੰਚਿਆ ਵਜੀ ਸ਼ਾਂਤੀ ਦੀਆਂ ਚਾਰ ਭੈਣਾਂ ਜੀ ਚਾਰਾਂ ਦੇ ਲੜਕੇ ਆਏ ਫਿਰੇ ਹੁਣ ਇੱਕ ਗੱਲ ਅਰਮੇਸ਼ ਜੀ ਜਿਹੜੇ ਹੁਣ ਤੋਂ ਬਾਅਦ ਲੱਗੀ ਇਹਨੇ ਇੱਕਣਾ ਹੀ ਸਾਰੀ ਰਾਤ ਹਰਿਆਈ ਉਹ ਦਿਖਾਈ ਜਾਣੀ ਜਿਹੜੇ ਉਹ ਦਿਨ ਦੀ ਲੱਗੀ ਵੀਰੋ ਧੁੱਪ ਨੇ ਉਹਦੇ ਮੱਚ ਜੇ ਮਾਰਤੇ ਸੋ ਇੱਕਣਾ ਹੀ ਇਹ ਦੇਖੋ ਜੀ ਇਧਰ ਤਾਂ ਜ਼ਿਆਦਾ ਤਜਰਬਾ ਇਹ ਕਹਿੰਦਾ ਵੀ ਗੋਭੀ ਜਿਹੜੀ ਦੁਪਹਿਰ ਤੋਂ ਬਾਅਦ ਲੱਗਣੀ ਚਾਹੀਦੀ ਹੈ ਸੋ ਜ਼ਿਆਦਾ ਖੇਤ ਚਲੋ ਉਹਨੇ ਵੀ ਉੱਠ ਕਢਣਾ ਪਰ ਆ ਜਿਹੜੇ ਛਾੜ ਲੱਗੇ ਪਏ ਹੋਣਗੇ ਸਵੇਰ ਤੱਕ ਦੇਖੋ ਹੁਣ ਤੇ ਚਾਰ ਪੰਜ ਲੱਗੇ ਦਿਖਦੇ ਆ ਵੀਰੋ ਸੋ ਵਧੀਆ ਇਧਰ ਗਾਹਾਂ ਗਾਹਾਂ ਪਾਣੀ ਘਟ ਗਿਆ ਹਨਾ ਚਲ ਦੇਖਦੇ ਆ ਜਨਰੇਟਰ ਪਾ ਲੈਂਦੇ ਆ ਸੋ ਇਹਨਾਂ ਨੂੰ ਪਾਣੀ ਹੱਥ ਤੋਂ ਨੋ ਦੇਖੋ ਜੀ ਕੰਪਨੀ ਦੀ ਤੋਂ ਹੋ ਰਹੀ ਹੈ ਕਨਾ ਚਾਹੀਦਾ ਹੁੰਦਾ ਥੋੜਾ ਜਿਹਾ ਗਾਹੋਂ ਲਾਈਟ ਭੱਜ ਗਈ ਜੀ ਪਾਣੀ ਘਟਾ ਜੇ ਲੋਡ ਪਈ ਤਾਂ ਜਨਰੇਟਰ ਪਾ ਲੈਣਾ ਨਹੀਂ ਆਪਾਂ ਇੱਧਰ ਲੱਗੇ ਹੋਏ ਜੀ ਆਪਾਂ ਆਪਣੇ ਕੰਮ ਦੇਖੋ ਜੀ ਖੜਾ ਆਪਣਾ ਝੋਟਾ ਦਿਨ ਵਿੱਚ 6 ਪਣ ਦੀ ਉਹਦੇ ਪਰ ਜੁੰਟ ਟਾਈਮ ਪਰ ਚਲੋ ਅੱਜ ਦਿਨ ਪਿਆ ਛਿਪ ਜੂਏ ਮੈਂ ਤਾਂ ਜੀ ਰਾਤ ਨੂੰ ਅੱਜ 12 ਵਜੇ ਤੱਕ ਝਟ ਲਾਉਣੀਆਂ ਖੇਤਾਂ 'ਚ ਪੂਰੇ ਤਿਆਰ ਕਰਨੇ ਜੀ ਸਾਰੇ ਖੇਤ ਇਹ ਕਿਉਂਕਿ ਦਿਨ ਦੀ ਬਹਾਈ ਨਾਲ ਤੇ ਰਾਤ ਨੂੰ ਤਾਂ ਇੱਕ ਟਰੈਕਟਰ ਨੂੰ ਵੀ ਜਾਨ ਨਹੀਂ ਜਾਂਦਾ ਸੂਈ ਜਮੇ ਲੋਚ ਰਹਿੰਦੀ ਹੈ ਦਿਨ ਚ ਤਾਂ ਜੇ ਵੀ ਸੂਈ ਚੱਕਦਾ ਹੈ ਚਲੋ ਲੋਡ ਪੈਂਦਾ ਟਰੈਕਟਰ ਦੇ ਉੱਪਰ ਸੋ ਇਸ ਕਰਕੇ ਹੁਣ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਸੂਈ ਡਾਉਨ ਆ ਗਈ ਹੁਣੀ ਇਹ ਆ ਦੇਖੋ ਹੁਣ ਵੀ ਸੂਈ ਜਿਹੜੀ ਗਰਮ ਵਾਲੀ ਕਿੱਥੇ ਲਈ ਫਿਰਦਾ ਲਾਲ ਤਾਂ ਥੋੜੀ ਜੀ ਥੱਲੇ ਆ ਸਮਝੋ ਜਿਹੜੀ ਉੱਪਰ ਵਾਲੀ ਹੈ ਕਿਨਾਰੀ ਹੈ ਇਹ ਇਹਦੇ ਵਿੱਚ ਉਹ ਕਰਦਾ ਹੈ ਐਸੇ ਚ ਪ੍ਰਵੇਸ਼ ਕਰੀ ਫਿਰਦਾ ਚਲੋ ਲੋਡ ਪਰ ਵੀ ਚੱਲਦਾ ਪੂਰਾ ਦੂਏ ਲੋਚ ਚ ਚੱਲਦਾ ਜੀ ਸਸ ਕਰਕੇ ਜਾਨੀ ਰਾਤ ਨੂੰ ਟਰੈਕਟਰ ਨੂੰ ਵੀ ਜਾਦ ਨਹੀਂ ਜਾਂਦਾ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਟਾਈਮ ਦੇ ਵਿੱਚ ਸੋ ਹੁਣ ਤੇ ਘਟੂ ਘਟੂ ਮੇਰੇ 3 ਘੰਟੇ ਰੋਟਾਵੇਟਰ ਨੂੰ ਲੱਜਣਾ ਜੀ ਕਿਉਂਕਿ ਪੌਣੇ ਇੱਕ ਦੋ ਕੀਲੇ ਰਹਿ ਗਏ ਉਹ ਤੋਂ ਬਾਅਦ ਫਿਰ ਤਾਂ ਵੀਆਂ ਦੇ ਸਾਰੇ ਹੀ ਪੌਣੇ ਅੱਜ ਝਟ ਲਾ ਦੇਣੀ ਜੀ ਬਾਬੇ ਨਾਨਕ ਦਾ ਨੂੰ ਲੈ ਕੇ ਰਾਤ ਨੂੰ ਫਿਰ ਕੱਲ ਤੇ ਬਾਅਦ ਇਹ ਖੇਤ ਤਿਆਰ ਹੋ ਕੇ ਇਧਰ ਵਾਲੇ ਇੰਨਾ ਚ ਗੋਬੀ ਲੱਗ ਜੂਗੀ ਸੋ ਆ ਲੱਗੇ ਵੀ ਜੀ ਸਾਰੇ ਹੀ ਬੰਦੇ ਸੋ ਹੁਣ ਕਰਦੇ ਜੀ ਆਪਾਂ ਆਪਣੀ ਬਹਾਈ